की पिटर पिटर वेखी जाने हो अके कदी वेखिया नहीं मां मां ओमा 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 प्यारी प्यारी मां ओमा 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 मां तेनु मैं अंदर ना चाह सी तू पूछ ना नहीं तू भी पैरी हाथ ला ला ना मैं तेरे लावा वड्डीए पड़िए लिखिए पैरी पैरी पासे होवो ਤੁਸੀਂ ਤਾਂ ਬੂਹੇ ਤੇ ਬਾਰਡਰ ਬੰਨ ਦਿੱਤਾ ਆ ਆ ਜਾ ਮਾਂ ਆ ਜਾ ਬੈਠ ਆ ਤੂੰ ਪਾਸੇ ਹੋਵੇਂਗਾ ਤੇ ਆਉਂਗੀ ਕਿੱਥੇ ਆਵਾਂ ਤੇਰੇ ਸਿਰ ਤੇ ਬੈਠਾ ਉਹ ਗੱਲ ਸੁਣ ਆ ਜਨਾਨੀਆਂ ਮਕਰ ਚੁੰਨੀ ਕਿਹੜੀ ਪਾਈ ਹੋਈ ਤੂੰ ਗੱਲ ਚ ਓ ਮਾਂ ਵੇ ਸਾਡੇ ਆਫਿਸ ਵਾਲੇ ਰਾਮਲੀਲਾ ਕਰਵਾ ਰਹੇ ਆ ਮੈਂ ਉਹ ਚ ਸਰੂਪ ਰੰਗ ਦਾ ਕਰੈਕਟਰ ਕਰ ਰਿਹਾ ਡੁੱਬ ਜਾਣੇ ਆ ਤੂੰ ਹਰ ਥਾਂ ਤੇ ਨਾਕੀ ਵੜਾਈ ਨਾਲੇ ਗਰਮੀਆਂ ਚ ਕਿਹੜੀ ਰਾਮਲੀਲਾ ਹੁੰਦੀ ਆ ਨਹੀਂ ਗੱਲ ਸੁਣ ਆ ਰਿਮੋਟ ਟੀਵੀ ਦਾ ਆ ਕਿ ਸਾਡੇ ਮੁੰਡੇ ਦਾ ਟੀਵੀ ਦਾ ਹੀ ਹੈ ਮੰਮੀ ਜੀ ਮੁੰਡੇ ਦਾ ਤੇ ਪਾਪਾ ਦਾ ਤੇ ਦੋਵਾਂ ਦਾ ਤੁਹਾਡੇ ਕੋਲ ਹੈ ਕਿਹਾ ਤਾਂ ਬਾਤ ਤੁਸੀਂ ਦਿੱਤਾ ਹੀ ਨਹੀਂ ਵੇਖ ਲਾ ਕਿਵੇਂ ਸ਼ੇਰ ਚੁੰਦਾ ਹੀ ਇਹਦੀ ਜ਼ਬਾਨ ਤੋਂ ਮਾਂ ਮੈਂ ਤਾਂ ਰੋਜ਼ ਦੇਖਦਾ ਤੂੰ ਦੇਖ ਲਾ ਇਹਨੂੰ ਛੇੜ ਨਾ ਜੇ ਦੁੱਖ ਲੱਗਦਾ ਤਾਂ ਸ਼ਾਬਾਸ਼ ਪੁੱਤਰਾ ਤੂੰ ਕਰਾਏਗਾ ਮਾਂ ਦੀ ਇੱਜ਼ਤ ਵੈਸੇ ਵੀ ਜਿਹੜਾ ਸ਼ਰੂਪ ਲਖਾ ਵਾਲਾ ਕਰਦਾਰ ਹੈ ਨਾ ਤੇਰੇ ਤੇ ਜੱਚਦਾ ਬੜਾ ਆ ਵੱਡੀ ਨੱਕ ਵਾਲਾ ਆ ਜਾ ਮਾਂ ਏਸੀ ਥੱਲੇ ਬੈਠ ਗਰਮੀ ਆ ਗਰਮੀ 'ਚ ਤੂੰ ਗਰਮ ਲੱਗਦੀ ਆ ਕੋਈ ਠੰਡਾ ਠੁੰਡਾ ਪੀ ਆ ਜਾ ਨੀ ਆ ਕੀ ਕਾਲਾ ਜਿਹੜੇ ਆਈ ਆ ਲੱਸੀ ਦਾ ਗਲਾਸ ਹੈ ਨਹੀਂ ਸੀ ਪੌਰਾ ਕੋ ਠੰਡੀ ਪੈ ਜਾਂਦੀ ਠੰਡ ਤੇ ਤੁਹਾਨੂੰ ਦਰਵਾਜ਼ੇ ਤੇ ਬੋਲ ਬੋਲ ਕੇ ਹੀ ਪੈ ਗਈ ਹੋਣੀ ਏ ਫਿਰ ਲੱਸੀ ਦਾ ਕੀ ਕਰਨਾ ਹੈ ਤੂੰ ਮਾਂ ਨਾ ਬਹਿਸ ਨਾ ਕਰ ਜਾ ਕੇ ਲੱਸੀ ਲੈ ਕੇ ਆ ਇੱਥੇ ਇਹੀ ਕੁਝ ਮਿਲਦਾ ਹੈ ਜੇ ਅੰਨਾ ਚਾਹ ਸੀ ਲੱਸੀ ਦਾ ਘਰੋਂ ਡੋਲੂ ਹੀ ਭਰ ਲਿਆਂਦੇ ਅਸੀਂ ਵੀ ਪੀ ਲੈਂਦੇ ਘੁੱਟ ਕਿ ਸਾਡੇ ਸ਼ਹਿਰ 'ਚ ਸਭ ਕੁਝ ਮਿਲਦਾ ਹੈ ਸਵਾ ਮਿਲਦੀ ਹੈ ਸੱਤਾ ਚੂਲਿਆਂ ਦੀ ਮਾਂ ਲੱਸੀ ਤਾਂ ਮਿਲਦੀ ਆ ਪਰ ਅਸੀਂ ਪੀਂਦੇ ਨਹੀਂ ਇਸ ਕਰਕੇ ਘਰ 'ਚ ਹੈ ਨਹੀਂ ਚਾਹ ਤਾਂ ਪੀਂਦੇ ਹੋ ਕਿ ਉਹ ਵੀ ਡੋਲੂ ਭਰ ਕੇ ਮੈਂ ਪਿੰਡੋ ਲੈ ਕੇ ਆਂਦੀ ਮਾਂ ਚਾਹ ਤਾਂ ਹੈਗੀ ਆ ਤੇ ਚਲ ਲੱਸੀ ਨੇ ਤਾਂ ਤੁਹਾਡੀ ਲੱਸੀ ਕਰ ਦਿੱਤੀ ਚਾਹ ਪਲਾ ਕੇ ਆਪਣੀ ਇੱਜ਼ਤ ਬਚਾ ਲਓ ਮਾਂ ਤੂੰ ਚਾਹਣੀ ਕਿਵੇਂ ਆ ਗਈ ਸੁੱਖ ਤਾਂ ਹੈ ਉਹ ਸੋਖੀ ਸੋਖਾ ਆ ਜਦੋਂ ਦੇ ਬੀਬੀਆਂ ਦੇ ਕਿਰਾਏ ਮਾਫ ਕੀਤੇ ਨਾ ਸੋਖੀ ਸੋਖਾ ਕਿਰਾਇਆ ਮਾਫ ਤਾਂ ਹੋਰ ਕੀ ਉਹ ਚੰਨੋ ਨਹੀਂ ਹੈਗੀ ਜਿਹੜੀ ਕਰਨੈਲੇ ਦੇ ਘਰੋਂ ਆ ਭਾਈ ਉਹਨੇ ਆਪਣੀ ਨਨਾਣ ਨੂੰ ਮਿਲਣ ਆਣਾ ਸੀਗਾ ਤੇ ਉਹ ਕਹਿੰਦੀ ਵੀ ਤੂੰ ਵੀ ਨਾਲ ਚੱਲ ਤੇਰਾ ਮੁੰਡਾ ਸ਼ਹਿਰ 'ਚ ਹੈਗਾ ਮੈਂ ਕਹਿੰਦਾ ਪੈਸਾ ਲੱਗਣਾ ਨਾ ਤੇਲਾ ਨਾਲੇ ਮੈਂ ਤੈਨੂੰ ਮਿਲ ਜਾਊਂਗੀ ਸਵੇਰੇ ਉਹਦੇ ਨਾਲ ਹੀ ਵਾਪਸ ਮੁੜ ਜਾਣਾ ਮੈਂ ਫ੍ਰੀ 'ਚ ਤੇ ਇਹਨਾਂ ਨੂੰ ਕੋਈ ਜ਼ਹਿਰ ਦਾ ਟੀਕਾ ਵੀ ਲਾ ਦੇਵੇ ਨਾ ਤੇ ਉਹ ਵੀ ਬੜੇ ਚਾਅ ਨਾਲ ਲਵਾ ਲੈਣਗੇ ਗੱਲਾਂ ਕਿਵੇਂ ਕਰਦੇ ਆ ਜਿਵੇਂ ਨੰਗ ਹੋਣ ਨਹੀਂ ਨੰਗ ਹੋਣਗੇ ਤੁਹਾਡੇ ਅਸੀਂ ਤਾਂ ਰੱਜੇ ਪੁਜੇ ਕਰਦੇ ਆ ਹਾਂ ਵਿਖਦਾਈ ਵੀ ਆ ਕਿੰਨੇ ਰੱਜੇ ਪੁਜੇ ਹੈਗੇ ਹੋ ਫ੍ਰੀ ਦੀ ਰੋਡਵੇਜ਼ ਵਿੱਚ ਤੇ ਧੱਕੇ ਖਾਂਦੇ ਫਿਰਦੇ ਹੋ ਨਾ ਤੇਰੇ ਤਾਂ ਹੱਗਣ ਵੀ ਹੈਲੀਕਾਪਟਰ 'ਚ ਜਾਂਦੇ ਆ ਨਾ ਗੱਲਾਂ ਕਰਦੀ ਆ ਮੈਨੂੰ ਆ ਲੈ ਮਾਂ ਚਾਹ ਪੀ ਕੇ ਨਹਾ ਧੋ ਲੈ ਨਾਲੇ ਆਰਾਮ ਕਰ ਲੈ ਸੋਨੀ ਜਾਂ ਤੂੰ ਵਾਸ਼ਿੰਗ ਮਸ਼ੀਨ ਬੰਦ ਕਰਕੇ ਆ ਉਹ ਮੈਂ ਕਿਹਾ ਸੋਨਾ ਜੀ ਜਾ ਕੇ ਵਾਸ਼ਿੰਗ ਮਸ਼ੀਨ ਬੰਦ ਕਰਕੇ ਆਓ ਮੈਂ ਸਿਕੰਦਰਾ ਹਾਂ ਮਾਂ ਓਏ ਤੋਲੀਆ ਕਿੱਥੇ ਟੰਗਾ ਉਹ ਲਿਆ ਮੈਂ ਆਪੇ ਟੰਗ ਦਊਂਗਾ ਵੱਡੇ ਸ਼ਹਿਰੀ ਨਾ ਜ਼ਮੀਨ ਆਪ ਦੀ ਨਾ ਅਸਮਾਨ ਆਪ ਦਾ ਵਿਚਕਾਰੇ ਟੰਗਿਆ ਆ ਉਹ ਮਾਂ ਇਹ ਫਲੈਟ ਨੇ ਇਹ ਇਦਾਂ ਦੇ ਹੁੰਦੇ ਆ ਨਾ ਆਣ ਤੇ ਨਾ ਗਵਾਣ ਬੰਦੇ ਨੇ ਜੇ ਕੋਈ ਦੁੱਖ ਸੁੱਖ ਕਰਨਾ ਹੋਵੇ ਤੇ ਕਿੱਦਾਂ ਕਰੂਗਾ ਤੁਹਾਡੇ ਜਿੰਨੇ ਦੁਖੀ ਲੋਕ ਇੱਥੇ ਰਹਿੰਦੇ ਨਹੀਂ ਨਾ ਇਸ ਲਈ ਲੋੜ ਹੀ ਨਹੀਂ ਪੈਂਦੀ ਕਿਸੇ ਨੂੰ ਦੁੱਖ ਸੁੱਖ ਕਰਨ ਦੀ ਓ ਜੀਰੀ ਤੇਰੇ ਜਿੰਨੇ ਤਿੱਖੀ ਨੂੰ ਹੋਵੇ ਨਾ ਉਹਦੇ ਕਰਮਾਂ 'ਚ ਸੁੱਖ ਨਹੀਂ ਹੋ ਸਕਦਾ ਆਹੋ ਜਿਹੜਾ ਮੂੰਹ ਤੇ ਗੱਲ ਕਰਦੇ ਉਹ ਤਿੱਖਾ ਹੀ ਲੱਗਦਾ ਸਭ ਨੂੰ ਉਹ ਚਲੋ ਛੱਡੋ ਹੁਣ ਉਹ ਮੈਂ ਤਾਂ ਫੜਿਆ ਹੀ ਨਹੀਂ ਨਹੀਂ ਤਾਂ ਇਹਨੂੰ ਇਹਦੇ ਪੇਕੇ ਚੇਤੇ ਕਰਾ ਦਵਾਂ ਇਹਨੂੰ ਸੱਸ ਮਿਲੀ ਹੈ ਭਲੀ ਮਾਨਸ ਮਿਲਦੀ ਨਾ ਪੜ੍ਹੀ ਲਿਖੀ ਤਾਂ ਤੇਰੀ ਅੱਡੀ ਨਹੀਂ ਸੀ ਪੋਤੇ ਲੱਗਣ ਦੇਣੀ ਨਾ ਜੀ ਤੁਹਾਡੇ ਜਿੰਨਾ ਕੌਣ ਹੋਣਾ ਪੜਿਆ ਲਿਖਿਆ 24 ਘੰਟੇ ਤੇ ਮੂੰਹ ਦਾ ਤੋਪ ਬੰਨੀ ਰੱਖਦੇ ਹੋ ਆਹੋ ਤੇ ਸਾਰੇ ਗੋਲੇ ਤੈਨੂੰ ਹੀ ਵੱਜਦੇ ਆ ਕੇ ਹੋਰ ਤਾਂ ਕਿਸੇ ਨੂੰ ਕੁਝ ਵੀ ਨਹੀਂ ਨਾ ਹੋਰ ਕਿਸੇ ਨੇ ਕੁਝ ਕਹਿ ਕੇ ਮਰਨਾ ਨਾ ਤੇਰੀ ਤੇ ਯਮਰਾਜ ਦੇ ਨਾਲ ਰਿਸ਼ਤੇਦਾਰੀ ਆ ਹੈ ਨਾ ਸੋਣੀ ਤੁਸੀਂ ਡਿਨਰ ਤਿਆਰ ਕਰੋ ਚਲੋ ਮਾਂ ਆਪਾਂ ਟੀਵੀ ਦੇਖਦੇ ਆ ਪਹਿਲੇ ਤੁਹਾਡੀ ਮਾਂ ਦਾ ਵਿਵਿਧ ਭਾਰਤੀ ਤੇ ਬੰਦ ਹੋ ਜਾਏ ਮਾਂ ਤੂੰ ਟੀਵੀ ਦੇਖ ਮੈਂ ਸੋਣੀ ਦੀ ਮਦਦ ਕਰਾ ਦਵਾਂ ਕਿਚਨ ਵਿੱਚ ਮਦਦ ਕਰਾ ਦਾਂ ਹੁਣੇ ਕਿ 150-200 ਬੰਦਿਆਂ ਦਾ ਲੰਗਰ ਬਣਾਉਣਾ ਆ 7-8 ਰੋਟੀਆਂ ਮੈਂ ਖਾਣੀਆਂ ਬਾਕੀ ਆਪ ਦਾ ਦੇਖ ਲਓ ਸਾਡੇ ਲਈ ਨਾ 7-8 ਰੋਟੀਆਂ ਵੀ ਲੰਗਰ ਹੀ ਆ ਹਾਂ ਤਾਂ ਹੀ ਉਹ ਮੇਰੇ ਮੁੰਡੇ ਦਾ ਮੂੰਹ ਭੋਰਾ ਜਿਹਾ ਰਹਿ ਗਿਆ ਆ ਨਾ ਆਪ ਖਾਉਂਦੀ ਆ ਤੇ ਨਾ ਉਹਨੂੰ ਬਣਾ ਕੇ ਦਿੰਦੀ ਆ ਮੁੰਡੇ ਨਾਲ ਨਾ ਮੈਂ ਵਿਆਹ ਕਰਾਇਆ ਉਹਨੂੰ ਗੋਦ ਨਹੀਂ ਲਿਆ ਜਿਹੜਾ ਉਹਦੇ ਮੂੰਹ 'ਚ ਬੁਰਕੀਆਂ ਪਾਉਂਦੀ ਫਿਰਾਂ ਵਿਆਹ ਤੋਂ ਪਹਿਲਾਂ ਤਾਂ ਬੜੀਆਂ ਪੈਂਦੀਆਂ ਹੋਣੀਆਂ ਮੇਰਾ ਸ਼ੋਨਾ ਮੇਰਾ ਬਾਬੂ ਕੇ 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 ਅੱਛਾ ਤਾਂ ਲਵ ਮੈਰਿਜ ਕਰਾ ਕੇ ਅਜੇ ਵੀ ਮੈਂ ਟ੍ਰੇਨਿੰਗ ਤੇ ਹੀ ਆ ਉਹ ਹੁਣ ਤਾਂ ਮੰਨ ਲਓ ਕਿ ਸਾਡਾ ਵਿਆਹ ਹੋ ਗਿਆ ਮੈਂ ਹੀ ਤੁਹਾਡੀ ਨੂੰ ਆ ਨਾ ਤੂੰ ਕਿਹੜਾ ਮੰਨ ਲਿਆ ਕਿ ਮੈਂ ਤੇਰੀ ਸੱਸ ਆ ਤੂੰ ਤਾਂ ਮੈਨੂੰ ਉੱਡ ਉੱਡ ਕੇ ਪੈਣੀ ਆ ਜਿਵੇਂ ਮੈਂ ਤੇਰਾ ਕੋਈ ਕਰਜ਼ਾ ਦੇਣਾ ਹੁੰਦਾ ਹਾਂ ਤੁਸੀਂ ਤਾਂ ਜਿਵੇਂ ਬੜਾ ਮੈਨੂੰ ਪਲਕਾਂ ਤੇ ਬਿਠਾ ਕੇ ਰੱਖਿਆ ਹੋਇਆ ਮੈਂ ਜੇ ਤੈਨੂੰ ਪਲਕਾਂ ਤੇ ਬਿਠਾ ਲਵਾਂ ਨਾ ਤੇ ਤੂੰ ਮੈਨੂੰ ਅੰਨੀ ਕਰ ਦੇਣਾ ਅੰਨੀ ਹਾਏ ਰੱਬਾ ਤੁਹਾਡਾ ਕੁਝ ਨਹੀਂ ਹੋ ਸਕਦਾ ਮੈਂ ਹਾਰੀ ਤੁਹਾਡੇ ਅੱਗੇ ਤੂੰ ਮੇਰੇ ਤੋਂ ਜਿੱਤ ਵੀ ਨਹੀਂ ਸਕਦੀ ਓ ਮਾਂ ਤੂੰ ਜਿੱਤੀ ਚੱਲ ਹੁਣ ਰੋਟੀ ਖਾ ਲਾ ਗਿਆ ਮਾਂ ਰੋਟੀ ਸਬਜ਼ੀ ਸਵਾਦ ਸੀ ਟੇਡੀ ਭਰਿਆ ਆ ਚਲੋ ਸ਼ੁਕਰ ਹੈ ਢਿੱਡ ਤੇ ਭਰਿਆ ਓ ਮੈਂ ਨਾ ਛੇਤੀ ਜਾਣਾ ਸਵੇਰੇ ਤੂੰ ਜਾਂਦੇ ਜਾਂਦਾ ਨਾ ਦਫ਼ਤਰ ਮੈਨੂੰ ਬੱਸ ਅੱਡੇ ਛੱਡ ਦੇ ਚੰਨੋ ਨੇ ਮੈਨੂੰ ਉੱਥੇ ਮਿਲਣਾ ਠੀਕ ਹੈ ਮਾਂ ਨਾਲੇ ਸਵੇਰੇ 8-10 ਪਰੌਂਠੇ ਲਾ ਦੇ ਆਲੂ ਦੇ ਅਸੀਂ ਜਾਂਦੀਆਂ ਜਾਂਦੀਆਂ ਖਾ ਲਾਂਗੀਆਂ ਨਾ ਕੀ ਗੱਲ 8-10 ਪਰੌਂਠੇ ਸਾਰੀ ਬੱਸ 'ਚ ਵਰਤੋਣੇ ਆ ਦੇਖ
सवेरे सवेरे ना मेरा ते पौरा जी नहीं करता बोलन नू। आ फड़। फिर कहेंगे पिंड तो नंग बुढ़ी आई सी तेला नहीं दे के गई। और तुसी फिकर ना करो तुहाडा नंग टब्बर ना हुण मेरा भी आ ते मैं अपनी मिट्टी आप नहीं फुटदी। बेफिकर होके सो जाओ। चल मां तू फिर आराम कर, कल सवेरे आपां जल्दी जाना। वाहेगुरु जी। ਤੁਹਾਡੀ ਮਾਂ ਨਾ ਮੇਰੀ ਸਮਝ ਤੋਂ ਬਾਹਰ ਆ। ਉਹ ਤੂੰ ਸਮਝ ਕੇ ਕੀ ਲੈਣਾ, ਮਾਵਾਂ ਐਵੇਂ ਦੀਆਂ ਹੁੰਦੀਆਂ, ਇਹੀ ਤਾਂ ਜ਼ਿੰਦਗੀ ਦਾ ਮਸਾਲਾ ਹੈ। ਉਹ ਇਹ ਮਸਾਲਾ ਤਾਂ ਬਿਲਕੁਲ ਜ਼ਿਆਦਾ ਹੀ ਤੇਜ਼ ਹੈ।